वेलकम गाइस ते रात दे बज चुके हैं 10 ਆਪਾਂ ਚੱਲੇ ਆ ਸਬਸਕ੍ਰਾਈਬਰ ਲੈਣ ਸਬਸਕ੍ਰਾਈਬਰ ਹੋਣਗੇ ਜਿਹੜੇ ਪੀਕ ਹੋਣਗੇ ਜਿਹੜੇ ਤੁਸੀਂ ਸਿੱਧੇ ਕਰਨਾ ਨਹੀਂ ਸਬਸਕ੍ਰਾਈਬ ਤੇ ਅਨੀਕੇਤ ਇਹ ਨਹੀਂ ਜਾਏਗਾ ਇਹ ਇਹਨਾਂ ਦੇ ਸੌਣ ਦਾ ਟਾਈਮ ਹੋ ਚੁੱਕਿਆ ਆਪਾਂ ਬਟ ਪੀਕ ਮੰਗਾਂਗੇ ਹਾਈ ਗਾਈਸ ਆ ਆ ਤੁਸੀਂ ਦੇਖ ਰਹੇ ਹੋ ਲੈਟਸ ਗੋ ਆਪਾਂ ਪੂਰੇ ਹੋਸਟਲ ਦਾ ਇੱਕ ਚੱਕਰ ਲਾਵਾਂਗੇ ਹਰ ਕਮਰੇ ਜਾ ਕੇ ਇੱਕ ਇੱਕ ਸਬਸਕ੍ਰਾਈਬਰ ਲੈ ਕੇ ਆਵਾਂਗੇ ਸੁਨੀਲ ਬਾਈ ਤੁਸੀਂ ਦੇਖ ਰਹੇ ਹੋ ਤੁਹਾਨੂੰ ਤੁਹਾਡੇ ਕਮਰੇ ਚ ਆਏ ਸੀ ਆਪਾਂ ਤੁਸੀਂ ਕਹਿ ਨਹੀਂ ਸਕਦੇ ਤੁਹਾਡੀ ਵੀਡੀਓ ਲਈ ਜਸ਼ਨ ਦੀ ਵੀ ਆਪਾਂ ਬਾਅਦ ਚੋਂ ਇੰਟਰ ਲੈਂਦੇ ਹਾਂ ਚੰਗੀ ਜਦੋਂ ਜੂਨੀਅਰ ਇਹ ਸੈਕਿੰਡ ਯੀਅਰ ਦਾ ਜੂਨੀਅਰ ਬਿਜ਼ੀ ਤਾਂ ਨਹੀਂ ਹੈ ਆਪ ਵਾਟ ਯੂ ਵਾਂਟ ਟੈਲ ਮੀ ਆਈ ਵਾਂਟ ਟੂ ਸੇ ਸਮਥਿੰਗ ਦੈਟ ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਹਿਸ ਚੈਨਲ ਯੂਟਿਊਬ ਚੈਨਲ ਯੂਟਿਊਬ ਵਾਟ ਇਜ਼ ਯੂਟਿਊਬ ਚੈਨਲ ਨੇਮ ਯੂਟਿਊਬ ਚੈਨਲ ਨੇ ਅੰਮ੍ਰਿਤ ਸਪੇਸ ਏਪੀ ਅੰਮ੍ਰਿਤ ਸਪੇਸ ਏਪੀ ਆਈ ਵਾਂਟ ਟੂ ਸੇ ਪਲੀਜ਼ ਸਬਸਕ੍ਰਾਈਬ ਟੂ ਅੰਮ੍ਰਿਤ ਨੋ ਯੂ ਜਸਟ ਸਬਸਕ੍ਰਾਈਬ ਇਟ ਯੂ ਜਸਟ ਓਪਨ ਯੂਟਿਊਬ ਚੈਨਲ ਓਪਨ ਯੂਰ ਯੂਟਿਊਬ ਸਰਚ ਮਾਈ ਚੈਨਲ ਓਪਨ ਯੂਰ ਯੂਟਿਊਬ ਬੋਲ ਨਾਮ ਬੋਲ ਲੈ ਅੱਛਾ ਯੂ ਆਰ ਰਿਕਾਰਡਿੰਗ ਹਾਂ ਰਿਕਾਰਡ ਕਰ ਰਹੇ ਹਾਂ ਬੋਲੇ ਭਾਈ ਸਾਹਿਬ ਥੈਂਕ ਯੂ ਠੀਕ ਹੈ ਭਾਈ ਸਰ ਥੈਂਕ ਯੂ ਸਰ ਆਪ ਵੀ ਭਾਈ ਕੌਣ ਸਾ ਰੂਮ ਹੈ ਮੈਂ ਇਧਰ ਆਓ ਫਿਰ ਆਓ ਫਿਰ ਇਧਰ ਆ ਲਓ ਪਹਿਲੇ ਤੋਂ ਇਹਨਾਂ ਦਾ ਰੂਮ ਚਲੇ ਆ ਫਿਰ ਰੂਮ ਵਿੱਚ ਚਲਦੇ ਆ ਚਲੋ ਚਲੋ ਤੇ ਇਸ ਤਰ੍ਹਾਂ ਆਪਾਂ ਹਰ ਇੱਕ ਰੂਮ 'ਚ ਜਾ ਕੇ 2-3 ਘੰਟੇ ਲਾ ਕੇ ਆਪਾਂ 5-6 ਸਬਸਕ੍ਰਾਈਬਰ ਇਕੱਠੇ ਕੀਤੇ ਬਹੁਤ ਹੀ ਮਾਣ ਸਨਮਾਨ ਬਖਸ਼ਿਆ ਗਿਆ ਸਾਨੂੰ ਅਤੇ ਬਹੁਤ ਜਾਣੇ ਦੀ ਆਪਾਂ ਨੀਂਦ ਖਰਾਬ ਕੀਤੀ ਉਹਦੇ ਲਈ ਆਪਾਂ ਤਹਿ ਦਿਲੋਂ ਮਾਫ਼ੀ ਮੰਗਦੇ ਹਾਂ ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਆਪਾਂ ਦੁੱਧ ਲੈ ਲਿਆ ਨਾਲ ਆਪਣਾ ਚਾਹ ਵੀ ਲੈ ਲਈਏ ਆਪਾਂ ਅੱਜ ਅਤੇ ਥੈਂਕ ਯੂ ਮਾੜੇ ਅਤੇ ਹੁਣ ਆਪਾਂ ਇੱਥੇ ਐਂਡ ਕਰਦੇ ਆਪਾਂ ਮੋਰਨਿੰਗ ਮਿਲਦੇ ਹਾਂ ਠੀਕ ਹੈ ਜੀ ਹੁਣ ਆਪਾਂ ਚਾਹ ਪੀ ਕੇ ਥੋੜ੍ਹੀ ਬਹੁਤੀ ਗੇਮ ਗੂਮ ਲਾ ਗਈ ਬਾਣੀ ਗੇਮ ਲਾ ਕੇ ਭਾਬੀ ਖੇਲਾਂਗੇ ਪਹਿਲੇ ਅਤੇ ਫਿਰ ਆਪਾਂ ਸੁਣਾਂਗੇ ਫਿਰ ਆਪਾਂ ਪਬਜੀ ਖੇਡਾਂਗੇ ਚਲੋ ਜੀ ਗੁੱਡ ਨਾਈਟ ਹੈਵ ਸੀ ਡ੍ਰੀਮਸ ਥੈਂਕ ਯੂ ਗੁੱਡ ਮਾਰਨਿੰਗ ਗਾਈਜ਼ ਮੋਰਨਿੰਗ ਦੇ ਵੱਜ ਚੁੱਕੇ ਹਾਂ 7 ਆਪਾਂ ਉੱਠ ਚੁੱਕੇ ਹਾਂ ਅਤੇ ਆਰਮਨ ਤਿਆਰ ਹੋ ਰਿਹਾ ਉਹਦੀ ਟ੍ਰੇਨ ਹੈ 9 ਵਜੇ ਅਤੇ ਇਹ ਸਰ ਸੁੱਤੇ ਹੋਏ ਆ ਜਿਹੜੇ ਕਹਿੰਦੇ ਪੜਦਾ ਬਹੁਤ ਆ ਤੁਸੀਂ ਦੇਖ ਸਕਦੇ ਹੋ ਹਜੇ ਤੱਕ ਸੁੱਤਾ ਹੋਇਆ ਹੈ ਟਾਈਮ ਹੋ ਗਿਆ ਟਾਈਮ ਲਾਇਬ੍ਰੇਰੀ ਕਹਿ ਰਹੀ ਕਿ ਆ ਜਾ ਅਨਿਕੇਤ ਆ ਜਾ ਬੈਟਰੀ ਦਾ ਕੋਈ ਚੱਕਰ ਨਹੀਂ ਫੋਨ ਸਵਿਚ ਆਫ ਹੋ ਗਿਆ ਲਾਈਟ ਜਿਹੜੀ ਮੇਰਾ ਵੀ 7% ਬੈਟਰੀ ਹੈ ਨਹੀਂ ਮੇਰੀ ਪੂਰੀ ਹੈ ਤੁਸੀਂ ਫਿਰ ਵੱਡੇ ਬੰਦੇ ਹੋ ਇਹ ਵੀ 7% ਬੈਟਰੀ ਹੈ ਤਾਂ ਫਿਰ ਬਾਈ ਇੱਕ 2 ਮਿੰਟ ਲਈ ਫੋਨ ਦੇ ਕਾਰ ਨੂੰ ਫੋਨ ਕਰ ਦੇਗਾ ਮੇਰਾ ਫੋਨ ਵੀ ਬਹੁਤੇ ਪਤੰਗ ਗਿਰੀ ਹੋਈ ਹੈ ਤਾਂ ਬੇ ਉਹ ਜੋ ਤੇ ਕੁਝ ਨਹੀਂ ਫੱਟੀ ਹੋ ਫੱਟੀ ਜੀ ਕੋਡ ਦੇ ਕੋਡ ਦੇ ਕੋਡ ਦੇ ਕੋਡ ਦੇ ਸੰਗਾ ਕੋਡ ਦੇ ਤੇ ਆਪਾਂ ਹੁਣੇ ਹੁਣ ਰੈਡੀ ਤੇ ਚੱਲਦੇ ਹਾਂ ਲਾਇਬ੍ਰੇਰੀ ਵੱਲ ਡਿਗਰੀਆਂ ਨੂੰ ਇਹਨੇ ਅੰਮ੍ਰਿਤਪਾਲ ਆਇਆ ਨਹੀਂ ਤੱਕ ਇੰਨੇ 9 ਆ ਚੁੱਕੇ ਆ ਤੇ ਚੱਲਦੇ ਆਪਾਂ ਹੁਣੇ ਵੇਟ ਨਹੀਂ ਕਰਾਉਣੀ ਜਿੱਤ ਕੇ ਮੋਰਨਿੰਗ ਦੇ ਵੱਜ ਚੁੱਕੇ ਆ 10 ਅਤੇ ਆਪਾਂ ਚੱਲੇ ਹਾਂ ਸਟੂਡੈਂਟ ਹੋਮ ਜਾਂ ਲਾਇਬ੍ਰੇਰੀ ਉੱਥੇ ਜਾ ਕੇ ਆਪਾਂ ਇੱਕ ਕੰਮ ਕਰਾਂਗੇ ਜਿਹੜਾ ਕਿ ਮੈਂ ਕਰਨ ਚੱਲਾਂ ਪ੍ਰੋਜੈਕਟ ਮੇਰਾ ਇੱਕ ਜਿਹੜਾ ਕਿ ਇੱਕ 3D ਮਾਡਲ ਬਣਾਉਣਾ
ਇੱਕ ਮਸ਼ੀਨ ਦਾ ਅਤੇ ਆਪਾਂ ਉਹ ਪੂਰਾ ਕਰਾਂਗੇ ਅਤੇ ਚੱਲਦੇ ਹਾਂ। 6 hours later ਸਹੀ ਹੈ ਸਹੀ ਹੈ, ਅੱਛਾ ਕਰ ਰਹੇ। ਹਾਂਜੀ ਹਾਂਜੀ, ਸਾਹ ਸਭ ਨੂੰ ਕਰਦੇ ਰਹਿੰਦੇ ਹਾਂ, ਕੁਝ ਹੈ ਨਹੀਂ, ਪੜ੍ਹਾਈ ਹੋ ਨਹੀਂ ਰਹੀ। ਹਾਂ ਠੀਕ ਹੈ, ਆਏ ਆ ਤਾਂ ਰਹਿਣਾ ਚਾਹੀਏ, ਹੋਰ ਵੀ ਅੱਛਾ ਵੀ ਲੱਗਦਾ, ਸਭ ਤੋਂ ਵੀ ਅੱਛਾ ਲੱਗਦਾ। ਹਾਂ, ਰੂਮ ਨੰਬਰ ਕੌਣ ਸਾ ਆਪਣਾ? ਮੇਰਾ ਹੈ 29। ਚਲ ਆਏ ਨਹੀਂ ਆਪਣੇ ਪਾਸ ਆਏ ਤੇ ਜਾਏ, ਹਮ ਪੂਰਾ ਇੱਕ ਰੈਲੀ ਨਿਕਾਲ ਲੇਤੇ, ਅੰਮ੍ਰਿਤਸਰ ਦੋਖਾ ਕੀਆ ਹੈ, ਖੁਦ ਟਿੱਕੀਆਂ ਖਾ ਰਹੇ ਹਾਂ, ਹਮੇ ਰੋਟੀ ਖਾਣੀ ਪੜੀ। ਕੁਛ ਵਿਚਾਰ ਪੇਸ਼ ਕਰੇਂਗੇ, ਫਿਰ ਕਹੇਂਗੇ ਹਮ ਆਏ ਨਹੀਂ ਬੀਚ ਮੇ। ਵੇ ਅੱਡੀ ਗੰਦਾ ਨਾ ਤੂੰ, ਉਹੀ ਹੱਥ ਮੇਰੇ ਕਿੰਨੀ ਕੀ ਫਾਇਦਾ ਆ, ਨਾ ਹੱਥ ਤੂੰ ਉਹੀ ਹੱਥ ਮੇਰੀ ਟੋਪੀ ਨੂੰ ਲਾਏ ਆ। 9 ਵੱਜ ਚੁੱਕੇ ਆ ਤੇ ਹੁਣੇ ਅਜੇ ਐਂਟਰ ਹੀ ਹੋਇਆ ਹੋਸਟਲ 'ਚ, ਤੇ ਕਾਫੀ ਅੱਜ ਕਾਫੀ ਉਦਾਸ ਭਰਾ ਦਿਨ ਸੀ। ਜਿਵੇਂ ਤੁਹਾਨੂੰ ਸਵੇਰੇ ਦੱਸਿਆ ਸੀ ਕਿ ਇੱਕ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਜਿਹਦੇ ਵਿੱਚ ਆਪਾਂ ਇੱਕ ਕੰਬਾਈਨ ਬਣਾਉਣੀ ਹੈ ਪੂਰੀ, ਅਤੇ ਉਸ ਨੂੰ ਲੈ ਕੇ ਥੋੜ੍ਹਾ ਟਾਈਮ ਲੱਗ ਗਿਆ, ਪੂਰਾ ਦਿਨ ਲੱਗ ਗਿਆ ਉਸ ਨੂੰ ਬਣਾਉਂਦੇ। ਅਤੇ ਹੁਣ ਆਪਾਂ ਆ ਗਏ ਹੋਸਟਲ 'ਚ, ਅਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਕਾਫੀ ਖਾਲੀ ਖਾਲੀ ਲੱਗ ਰਿਹਾ ਤੁਹਾਨੂੰ ਹੋਸਟਲ, ਕਿਉਂਕਿ ਸਾਰੇ ਚਲ ਗਏ ਘਰ, ਇੱਕ ਅਨਿਕੇਤ ਇੱਕ ਆਰਮਨ ਇੱਕ ਕਿਹੜੇ ਨਿਹਾਰ ਹੋਣੇ ਸਾਰੇ ਉੱਧਰ ਛੱਡ, ਬਸ ਉਨੇ ਹੀ ਆ ਬਾਕੀ। ਪ੍ਰਥਮ ਸਾਹਮਣੇ ਵਾਲਾ ਰੂਮ ਸਭ ਖਾਲੀ ਹੋ ਚੁੱਕਿਆ ਕਿਉਂਕਿ ਨਿਊ ਈਅਰ ਆ, ਤੁਹਾਨੂੰ ਹੈਪੀ ਨਿਊ ਈਅਰ, ਕਿਉਂਕਿ ਮੈਂ ਵਲੋਗ ਹੀ ਇੱਕ ਦੋਨ ਪਾਉਣਾ, ਉਸ ਤੋਂ ਪਹਿਲੇ ਪੜ੍ਹਨਾ ਵੀ ਟਾਈਮ ਹੀ ਨਹੀਂ ਹੋਣਾ ਆਪਣੇ ਕੋਲ। ਅਤੇ ਜਿਹੜੇ ਤਾਂ ਬੀਟ ਹੈਗੇ ਐਗਰੀਕਲਚਰ ਹੈਗੇ ਆ, ਜਿਹੜੇ ਤਾਂ ਆਪਾਂ ਹੈਗੇ ਆ ਨਾ ਬੀਟ ਹੈਗੇ ਐਗਰੀਕਲਚਰ, ਮਤਲਬ ਕਾਫੀ ਘਰ ਚਲੇ ਗਏ ਆ ਜਿਹੜੇ ਆਈ ਸੀ ਏ ਸਟੂਡੈਂਟਸ ਆ, ਅੱਜ ਦਾ ਨਿਹਾਲ ਹੋ ਗਿਆ ਸਾਰੇ ਇੱਥੇ ਆ, ਮੈਂ ਇੱਥੇ ਹਾਂ, ਮੈਂ ਕੱਲ੍ਹ ਜਾਵਾਂਗਾ ਸ਼ਾਇਦ ਤੇਰੇ, ਅਤੇ ਕੱਲ੍ਹ ਮੈਂ ਕਿਉਂ ਜਾਵਾਂਗਾ ਤੇਰੇ, ਜੇ ਕੱਲ੍ਹ ਕੰਮ ਕੱਲ੍ਹ ਦਾ ਕੰਮ ਮੁੱਕ ਜਾਂਦਾ ਫਿਰ ਮੈਂ ਘਰ ਚੱਲ ਜਾਵਾਂਗਾ, ਨਹੀਂ ਤਾਂ ਇੱਕ ਨੂੰ ਜਾਵਾਂਗਾ, ਮੈਂ ਸ਼ਾਮ ਨੂੰ ਜਾਵਾਂਗਾ ਕੱਲ੍ਹ, ਤੇ ਜਾਵਾਂਗਾ ਤੇ ਜੇ ਜਾਊਂਗਾ ਤੇ ਜਾਊਂਗਾ ਜੇ ਜਾਵਾਂਗਾ ਤੇ ਔਰ ਮਤਲਬ ਕਾਫੀ ਲੋਕੋਂ ਕੋ ਮਤਲਬ ਇਹ ਪੁੱਛਣਾ ਚਾਹਤੇ ਥੇ ਕਿ ਮੈਂ ਕਹਾਂ ਕਾ ਹੂੰ, ਕਹਾਂ ਸੇ ਹੂੰ, ਮਤਲਬ ਮੇਰੀ ਨਹੀਂ ਕੋਈ ਕੋਈ ਇੰਟਰਸਟ ਨਹੀਂ ਹੈ, ਕੋਈ ਇੰਟਰਸਟ ਨਹੀਂ ਹੈ, ਕਿਸੇ ਨੇ ਕੁਛ ਨਹੀਂ ਕੀਤਾ, ਕਿਸੇ ਨੇ ਕੁਛ ਨਹੀਂ ਕੀਤਾ, ਕਾਫੀ ਲੋਕਾਂ ਨੇ ਕੁਐਸਚਨ ਕੀਤਾ ਮੈਨੂੰ, ਮਤਲਬ ਪਰਸਨਲੀ ਕੁਐਸਚਨ ਕੀਤਾ ਹੈ, ਕਈ ਲੋਕ ਪੁੱਛਣਾ ਚਾਹੁੰਦੇ ਕਿਉਂਕਿ ਮੈਂ ਕਿੱਥੋਂ ਮਤਲਬ ਕਹਾਂ ਸੇ ਹੂੰ, ਮੈਂ ਮਤਲਬ ਪੰਜਾਬੀ ਮੇਰੀ ਥੋੜ੍ਹੀ ਮਿਕਸ ਹੈ, ਤਾਂ ਮੈਂ ਆਪ ਸਭ ਕੋ ਬਤਾਨਾ ਚਾਹਤਾ ਹੂੰ ਕਿ ਐਸੇ ਮਤਲਬ ਮੇਰੇ ਪਹਿਨਾਵੇ ਸਭ ਕੋ ਪਤਾ ਚਲੀ ਗਿਆ ਹੋਗਾ ਕਿ ਮੈਂ ਕਹਾਂ ਸੇ ਹੂੰ, ਮੈਂ ਹਿਮਾਚਲ ਪ੍ਰਦੇਸ਼ ਸੀ। ਹਾਂ, ਸ਼ਕਲ ਹੈ ਤੇਰੀ ਹਿਮਾਚਲ ਪ੍ਰਦੇਸ਼ ਦੀ, ਸ਼ਕਲ ਹੈ ਹਿਮਾਚਲ ਪ੍ਰਦੇਸ਼ ਦੀ, ਬਿਲਕੁਲ ਜੀ, ਠੀਕ ਹੈ, ਆਪ ਕਮੈਂਟ ਕਰਕੇ ਬਤਾਈਏ ਕਿ ਆਪ ਕੋ ਕਿਆ ਲੱਗਤਾ ਹੈ ਕਿ ਮੈਂ ਇਹ ਬੰਦਾ ਕਹਾਂ ਸੇ ਹੋਗਾ, ਕੌਨ ਸੀ ਸਟੇਟ ਸੇ ਬਤਾਇਆ ਜਾਏ, ਗੈਸ ਕਰਨ ਵਾਲੇ ਕੋ ਹਮ ਇਨਾਮ ਦੇਗੇ, ਯੈਸ, ਹੋਰ ਅੰਦੇ ਆਪਾਂ ਕੀ ਕਹਿੰਦੇ ਉਹਨੂੰ, ਗਿਵ ਅਵੇ ਰਾ, ਆਪਾਂ ਗਿਵ ਅਵੇ ਦੇਵਾਂਗੇ ਜੀ, 500 ਕੈਸ਼ ਬੈਕ, ਯੈਸ, ਤੇ ਰੈਂਡਮ ਸਿਲੈਕਸ਼ਨ ਹੋਏਗੀ, ਰੈਂਡਮ ਸਿਲੈਕਸ਼ਨ, ਹਾਂ ਨਹੀਂ ਰੈਂਡਮਲੀ ਸਿਲੈਕਸ਼ਨ ਹੋਏਗੀ, ਤਾਂ ਤੋਂ ਜ਼ਿਆਦਾ ਕਮੈਂਟ ਕਰਕੇ ਦੱਸੋ ਕਿ ਮੈਂ ਕਿੱਥੋਂ ਦਾ, ਅਬੇ ਜਲਦੀ ਬੋਲ, ਕੱਲ ਸੁਬਹ ਪਨਵੇਲ ਨਿਕਲਣਾ ਹੈ। ਤੇ ਹੁਣ ਆਪਾਂ ਕਰਦੇ ਹਾਂ ਬੈਗ ਪੈਕ ਤੇ ਚੱਲਦੇ ਹਾਂ। ਤੇ ਬੈਗ ਪੈਕ ਹੋ ਚੁੱਕਿਆ, ਆਪਣਾ ਸਮਾਨ ਰੈਡੀ ਹੋ ਚੁੱਕਿਆ, ਬਸ ਤਾਲਾ ਲਾਉਣਾ, ਤਾਲਾ ਲੈਣ ਚੱਲਣਾ ਮੈਂ ਆਪਣੇ ਦੋਸਤ, ਉਹ ਖੇਲਣ ਗਏ ਹੋਏ ਆ ਕ੍ਰਿਕਟ ਨਿਹਾਲ ਦੇ ਬਾਰੇ, ਆਪਾਂ ਤਾਲਾ ਲੈ ਕੇ ਆਉਂਦੇ ਹਾਂ ਤੇ ਚੱਲਦੇ ਹਾਂ। ਆਊਟ ਘਰ ਜਾ ਰਹਾ ਹੈ? ਹਾਂ ਨਿਕਲੋ, ਜਾ ਰਹੇ ਹਾਂ। ਮੇਰੀ ਗੱਲ ਸੁਣ, ਮੈਂ ਕਹਿੰਦਾ ਦੇਖ ਲੈਣਾ ਉਹ ਬੰਦਾ, ਹਮ ਲੋਕ ਲਗਾ ਦੇ ਉੱਪਰ, ਹਾਂ ਹੈ ਲੋਕ ਦੇਖਣਾ ਵਹੀਂ ਕਹੀਂ ਪੜਾ ਹੋਗਾ। ਹਾਂ ਹਾਂ, ਨਹੀਂ ਤੇ ਲਾ ਦੀ ਫਿਰ, ਖੁੱਲਾ ਹੀ ਪਿਆ ਫਿਰ। ਚਲ ਫਿਰ ਹੈਪੀ ਨਿਊ ਈਅਰ ਇਨ ਐਡਵਾਂਸ। ਹੈਪੀ ਕੀ ਹੋ ਗਿਆ? ਹੈਪੀ ਨਿਊ ਈਅਰ ਇਨ ਐਡਵਾਂਸ। ਬਸੀ ਭਾਈ ਓਕੇ, ਹੈਪੀ ਨਿਊ ਈਅਰ, ਉਹ ਤੇ ਆ ਗਈ ਸ਼ਕਲ। Happy New Year, bro. Same to you. Okay, Sumit, Happy New Year.
ਤੇ ਹੁਣ ਆਪਾਂ ਵੇਟ ਕਰ ਰਹੇ ਹਾਂ ਬਾਈ ਦੀ, ਬਾਈ ਨੇ ਗੱਡੀ ਲੈ ਕੇ ਆਉਣਾ ਅਤੇ ਫਿਰ ਆਪਾਂ ਚੱਲਦੇ ਹਾਂ। ਅਤੇ ਉਹ ਆ ਗਏ ਆਪਣੇ ਬਾਈ, ਉਹ ਗੱਡੀ ਆ ਚੁੱਕੀ ਹੈ। ਫਾਈਨਲੀ ਘਰ ਪੁੱਜ ਗਏ ਹਾਂ, ਹੁਣੇ ਪੁੱਜੇ ਹਾਂ, 9 ਵੱਜ ਚੁੱਕੇ ਹਾਂ। ਕਿੰਨੇ ਵਜੇ ਚੱਲੇ ਸੀ? 5 ਵਜੇ ਚੱਲਿਆ ਸੀ ਅਤੇ ਹੁਣ ਆਪਾਂ 9 ਵਜੇ ਪੁੱਜੇ ਹਾਂ। ਅਤੇ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਵਲੋਗ ਦੀ, ਅਤੇ ਨਾਲੇ ਵੰਸ ਅਗੇਨ ਹੈਪੀ ਨਿਊ ਈਅਰ ਸਾਰਿਆਂ ਨੂੰ। ਸਾਰਿਆਂ ਦਾ ਅਗਲਾ ਸਾਲ ਕਾਫੀ ਵਧੀਆ ਜਾਏ, ਬਹੁਤ ਵਧੀਆ ਜਾਏ, ਕਾਫੀ ਕਿ ਬਹੁਤ ਜ਼ਿਆਦਾ ਵਧੀਆ ਜਾਏ। ਅਤੇ ਜੇ ਵੀਡੀਓ ਵਲੋਗ ਵਧੀਆ ਲੱਗੇ ਹੋਏ, ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ। ਥੈਂਕ ਯੂ। ਓਕੇ।